ਵਧੀਆ ਲੱਗਦਾ, ਪਹਿਲਾਂ ਤਾਂ ਸ਼ੁਰੂ ਤੋਂ ਹੀ ਸ਼ੌਂਕ ਸੀਗਾ, ਪਰ ਹੁਣ ਸ਼ੌਂਕ ਪੂਰਾ ਹੋ ਗਿਆ, ਬੱਕਰੀਆਂ ਰੱਖੀਆਂ, ਬੜਾ ਵਧੀਆ ਲੱਗਦਾ, ਅਤੇ ਹੁਣ ਹੋਰ ਵੀ ਵਧਾਵਾਂਗੇ। ਬਾਕੀ ਤੁਹਾਡੀਆਂ ਇੰਟਰਵਿਊ ਦੇਖ ਦੇਖ ਕੇ ਬੜਾ ਹੋਰ ਵੀ ਜ਼ਿਆਦਾ ਛੇਤੀ ਕੀੜਾ ਉੱਠਿਆ, ਨਹੀਂ ਤਾਂ ਅਜੇ ਪਤਾ ਨਹੀਂ ਬਿਮਾਰ ਸੀ, ਰੁਕ ਹੀ ਗਿਆ। ਵਿੱਚ ਫਾਇਦਾ ਬਹੁਤ ਆ, ਲਾਗਤ ਘੱਟ ਆ, ਬਚਤ ਵੱਧ ਆ, ਔਰ ਖਾਲੀ ਵਿਹਲੇ ਬੈਠਣ ਨਾਲੋਂ ਵਿਹਲੇ ਬੈਠ ਕੇ ਬੰਦਾ ਟੈਨਸ਼ਨਾਂ ਹੁੰਦੀਆਂ, ਕੰਮ 'ਚ ਬਿਜ਼ੀ ਹਾਂ ਤਾਂ ਆਪਾਂ ਬਿਮਾਰ ਵੀ ਘੱਟ ਹੁੰਦੇ ਹਾਂ, ਟੈਨਸ਼ਨ ਨਹੀਂ ਹੁੰਦੀ, ਦਿਲ ਵੀ ਲੱਗਿਆ ਰਹਿੰਦਾ, ਔਰ ਪੈਸਾ ਤਾਂ ਬਣਦਾ ਹੀ ਬਣਦਾ, ਸਾਰੇ ਪਾਸੇ ਠੀਕ ਆ। ਪਹਿਲਾਂ ਥੋੜ੍ਹਾ ਸੀ ਰੱਖਿਆ, ਨਰਕ ਡੰਗਰ ਰੱਖਦੇ ਸੀ, ਆਉਣ ਜਾਣ ਜਾਂ ਚੱਲਦਾ ਰਹਿੰਦਾ ਸੀ, ਵੀ ਚੱਲ ਵੇਚ ਢੱਲ ਜਾਂਦਾ ਵੇਚ ਢੱਲ ਜਾਂਦਾ, ਫਿਰ ਇਹੋ ਜਿਹਾ ਕੀੜਾ ਉੱਠਿਆ ਜੀ, ਮਹਾਂ ਘਰੇ ਪਹਿਲਾਂ ਜਾਣੀ ਪੂਜਾ ਕਰਨੇ ਦਾ। ਫਿਰ ਇੱਕ ਛੇਲੀ ਲਿਆਂਦੀ ਛੁੱਟੀ ਜੀ, ਉਹਨੇ ਇਹੋ ਜਿਹਾ ਸ਼ੌਂਕ ਪਾਇਆ ਜੀ, ਫਿਰ 30 ਬੱਕਰੀਆਂ ਲੈ ਆਉਂਦੀ। ਜਿਹੜਾ ਹੁਣ ਚੱਲ ਰਿਹਾ ਜੀ, ਅਗਲਾ ਕਹਿਣਾ ਵੀ ਮੈਂ ਪਹਿਲੀ ਉਹ ਛਾਲ ਚਬਾਰੇ 'ਚ ਮਾਰਾਂ, ਸ਼ਾਰਟਕਟ ਭਾਲ ਦੇ, ਵੀ ਐਂ ਨਹੀਂ ਵੀ ਪੌੜੀ ਚੜ੍ਹਾਂ ਮੈਂ ਡੰਡਾ ਡੰਡਾ ਟੱਪਾਂ ਨਾ, ਪਹਿਲੇ ਮਾਰਦਾ ਸਮਾਨ 'ਚ ਚੜ੍ਹ ਜਾਵਾਂ, ਲੋਕ ਦੇਖਣ ਮੇਰੇ ਵੱਲ, ਉਹ ਕੰਮ ਹੈ ਨਹੀਂ। ਬੰਦਾ ਜੇ ਸਟੈਪ ਬਾਈ ਸਟੈਪ ਚੱਲੂਗਾ ਕਾਮਯਾਬ ਵੀ ਹੋਊਗਾ। ਆ ਸਾਰਿਆਂ ਨਾਲੋਂ ਪਹਿਲਾਂ ਮੈਂ ਇੱਕ ਆਹ ਬੱਕਰਾ ਛੋਟਾ ਜਿਹਾ ਤੀ, ਇਹ ਇੱਕ ਨਾਲ ਇਹਦੇ ਪੱਠ ਆਏ, ਇਹ ਲਿਆਇਆ ਨਾ ਮੈਂ 9000 ਰੁਪਏ ਦੀ, ਦੋਵੇਂ ਚੀਜ਼ਾਂ ਮੇਰਾ ਸਹੂਲਤ ਵੀ ਜਦ ਤੇ 11-62 ਨੂੰ ਹੱਥ ਫੜ ਲਿਆ ਜੀ, ਘਰਾਂ ਕੱਢਣ ਲੱਗ ਗਿਆ, ਮੁੜ ਤੋਂ ਉੱਠਣਾ ਨਹੀਂ, ਦੂਏ ਡੰਗਰ ਮੇਰੇ ਕੋਲ ਟੱਪ ਜਾਣਾ। ਮੇਰੇ ਕੋਲ ਘਰੇ ਚੱਲਦਾ ਸੀ, ਮੈਂ ਕਿਤੇ ਮੰਡੀ ਦੇ ਨਹੀਂ ਜਾਂਦਾ, ਮੰਡੀ ਦਾ ਕਦੇ ਮੈਂ ਜ਼ਿੰਦਗੀ 'ਚ ਗਏ ਜੀ ਡੰਗਰ ਵੇਚਣ, ਆਪਦਾ ਘਰੇ ਹੀ ਮੇਰਾ ਚੱਲਦਾ ਸੀ। ਖਰੀਦਣ ਲੱਗਿਆ 18 ਦਿਨ ਦੇ ਵਿੱਚ ਮੈਂ 40 ਡੰਗਰ ਖਰੀਦੇ, ਬੜਾ ਭਰ ਲਿਆ। ਮਿਹਨਤ ਮਿਹਨਤ ਹੀ ਆ, ਉੱਥੇ ਜਾ ਕੇ ਬਗਾਨਿਆਂ ਦੇ ਮੂਹਰੇ ਕਰੂੰਗੇ, ਉਰੇ ਆਪਦਾ ਆਪਦਾ ਕੰਮ ਆ, ਆਪਦਾ ਸਾਰਾ ਕੁਛ ਹੈ ਨਾ, ਤੇ ਵਧੀਆ ਜਿਵੇਂ ਕਰਦੇ ਆ, 4 ਪੈਸੇ ਵੀ ਬਣਦੇ ਆ। ਠੀਕ ਆ, ਭੇਜਦੇ ਨੇ ਲੋਕ 20-20 ਲੱਖ 40-40 ਲੱਖ ਲਾ ਕੇ ਭੇਜਦੇ ਨੇ ਬਾਹਰ, ਪਰ ਇੰਨਾ ਪੈਸਾ ਲਾ ਕੇ ਤਾਂ ਉਰੀ ਕੰਮ, 10 ਲੱਖ ਲਾ ਕੇ ਉਰੀ ਕੰਮ ਤੋਰ ਲਵੇ। ਸਤਿ ਸ੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਜੁੜੇ ਹੋ ਸਰਲੇਖ ਦੇ ਨਾਲ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਟਾਣਾ ਪਹੁੰਚੇ ਹਾਂ। ਜਟਾਣਾ ਪਿੰਡ ਦੇ ਵਿੱਚ ਜਿਵੇਂ ਤੁਸੀਂ ਸਰਲੇਖ ਦੇ ਜ਼ਰੀਏ ਤੁਸੀਂ ਪਹਿਲਾਂ ਬਹੁਤ ਸਾਰੀਆਂ ਇੰਟਰਵਿਊ ਸੁਣੀਆਂ ਨੇ, ਪਰ ਸਾਨੂੰ ਇਸ ਗੱਲ ਦੀ ਖੁਸ਼ੀ ਉਦੋਂ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਬਹੁਤ ਸਾਰੇ ਲੋਕ, ਬਹੁਤ ਸਾਰੇ ਸਰਲੇਖ ਨੂੰ ਪਿਆਰ ਕਰਨ ਵਾਲੇ, ਚਾਹੁਣ ਵਾਲੇ ਕਈ ਵਾਰੀ ਸਕਰੀਨਸ਼ੋਟ ਭੇਜਦੇ ਨੇ, ਵੀਡੀਓ ਕਲਿੱਪ ਭੇਜਦੇ ਨੇ ਕਿ ਤੁਹਾਡੀ ਅਸੀਂ ਇੰਟਰਵਿਊ LED 'ਤੇ ਲਾ ਕੇ ਦੇਖ ਰਹੇ ਹਾਂ, ਲੈਪਟੋਪ 'ਤੇ ਲਾ ਕੇ ਦੇਖ ਰਹੇ ਹਾਂ। ਅੱਜ ਅਸੀਂ ਇਸੇ ਮਾਣ ਨਾਲ, ਇਸੇ ਖੁਸ਼ੀ ਨਾਲ ਪਿੰਡ ਜਟਾਣੇ ਪਹੁੰਚੇ ਹਾਂ।
ਜਿੱਥੇ ਅਮਨ ਮਾਂਗਟ ਡੋਗ ਫਾਰਮਿੰਗ ਕਰਦਾ ਹੈ, ਪਰ ਅਮਨ ਦੇ ਬੇਬੇ ਬਾਪੂ ਨਾਲ ਨਾਲ ਬੱਕਰੀ ਫਾਰਮ ਦੇ ਵੱਲ ਵਧੇ ਨੇ। ਸਾਨੂੰ ਖੁਸ਼ੀ ਹੈ ਕਿ ਸਿਰਲੇਖ ਦੇ ਵੱਲੋਂ ਕੀਤੀਆਂ ਮੁਲਾਕਾਤਾਂ ਇਹਨਾਂ ਨੂੰ ਖੂਬ ਪਸੰਦ ਆਈਆਂ ਨੇ। ਕਰਦਿਆਂ ਗੱਲਬਾਤ ਬਾਪੂ ਸਰਦਾਰ ਜਸਵੰਤ ਸਿੰਘ ਅਤੇ ਬੀਬੀ ਜੀ ਹਰਜਿੰਦਰ ਕੌਰ। ਬਾਪੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ। ਲੋਕਾਂ ਦੇ ਇੰਟਰਵਿਊ ਦੇਖ ਰਹੇ ਹੋ ਅੱਜ, ਕਿਵੇਂ ਲੱਗਦਾ? ਹਾਂਜੀ ਬਹੁਤ ਵਧੀਆ ਲੱਗਦਾ। ਕੀ ਦੇਖੇ ਦੱਸੋ ਮਾੜਾ ਜਿਹਾ। ਥੈਂਕ ਯੂ। ਤੁਹਾਡਾ ਜਿਹੜਾ ਕਰਨ ਦਾ ਸਟਾਈਲ ਹੈ ਜੀ, ਇਹ ਬੰਦਾ ਮੈਂ ਅਜੀਬ ਜਿਹਾ ਲੱਗੀ ਜਾਂਦਾ। ਕਿੰਨਾ ਪ੍ਰੋਗਰਾਮ ਰੰਭਣਾ ਪੈਂਦਾ ਇਹ। ਹਾਂਜੀ, ਤਾਂ ਇਹ ਕੰਮ ਬਣਦਾ। ਕਿਹੜੀ ਇੰਟਰਵਿਊ ਦੇਖੀ ਸੀਗੀ, ਕਿਹੜੀ ਵਧੀਆ ਲੱਗੀ ਸੀ, ਕੀ ਸੁਣਿਆ? ਤੁਹਾਡੀ ਮੈਂ ਉਹਦੇ ਵਾਲੀ ਅੱਜ ਸਵੇਰੇ ਦੇਖੀ ਸੀਗੀ, ਕੀ ਆ ਉਹਦੇ ਨਾਲ ਪਟਾਕੇ ਵਾਲੀ ਜੀ, ਇੱਕ ਇੱਧਰ ਪਿੰਡਾਂ ਨਾ, ਪਤਾ ਨਹੀਂ ਕੀ ਪਿੰਡ ਦਾ ਨਾਂ, ਡੇਲੂਆਣਾ ਜੀ। ਹਾਂ ਡੇਲੂਆਣਾ ਜੀ, ਡੇਲੂਆਣੇ ਵਾਲੀ ਦੇਖਦਾ ਸੀਗਾ। ਪਹਿਲਾਂ ਵੀ ਕਈ ਵਾਰ ਦੇਖਿਆ ਤੁਹਾਡੀਆਂ ਮੈਂ ਇੰਟਰਵਿਊ ਜੀ। ਹਾਂ, ਮੈਨੂੰ ਵਧੀਆ ਲੱਗਦਾ ਸੀਗਾ ਵੀ ਇੰਟਰਵਿਊ ਕਰਨ ਦਾ ਇਹਨਾਂ ਦਾ ਜਿਹੜਾ ਢੰਗ ਹੈ ਬਹੁਤ ਵਧੀਆ। ਬੀਬੀ ਜੀ ਕੀ ਚੰਗਾ ਲੱਗਦਾ ਚੈਨਲ ਦੇਖੇ ਕੁਛ? ਹਾਂਜੀ, ਦੇਖਦੇ ਹਾਂ, ਬਹੁਤ ਵਧੀਆ ਲੱਗਦਾ। ਤੁਸੀਂ ਹਰੇਕ ਤੱਕ ਮਤਲਬ ਪਹੁੰਚਾਉਂਦੇ ਹੋ ਜਾਣਕਾਰੀ ਦੇਖ ਦੇਖ ਕੇ। ਸਾਰਿਆਂ ਮੇਰੇ ਵਰਗੀਆਂ ਬੀਬੀਆਂ ਭੈਣਾਂ ਭਾਈ ਸਾਰੇ ਇਹਨਾਂ ਕੰਮ 'ਚ ਲੱਗ ਗਏ, ਨਹੀਂ ਤਾਂ ਵਿਹਲੇ ਬੈਠੇ ਰਹਿੰਦੇ ਤੇ। ਉਹ ਤੁਸੀਂ ਹੁਣ ਜਿਹੜਾ ਇਹ ਮਤਲਬ ਕਰਦੇ ਹੋ, ਉਹਨੂੰ ਦੇਖ ਦੇਖ ਕੇ ਸਾਰੇ ਹੀ ਮਤਲਬ ਜਾਗਰਤ ਹੁੰਦੇ ਹਾਂ ਜੀ, ਕੰਮ ਕਰਦੇ ਹਾਂ, ਬੜਾ ਵਧੀਆ ਲੱਗਦਾ ਹੈ। ਅਸੀਂ ਛੱਡੇ ਦਿੱਤਾ ਸੀ ਕੰਮ, ਇਹ ਜਦੋਂ 16 ਛੱਡਤਾ ਸੀਗਾ। ਕਾਹਦਾ ਕੰਮ ਜੀ? ਆ ਬੱਕਰੀਆਂ ਦਾ ਜੀ, ਪਹਿਲਾਂ ਵੀ ਰੱਖਿਆ ਸੀ। ਅੱਛਾ, ਪਹਿਲਾਂ ਕਰਦੇ ਸੀ? 15 'ਚ 15 ਤੱਕ ਰੱਖੀਆਂ ਨੇ ਬੱਕਰੀਆਂ। ਕਿੰਨੀਆਂ ਕ? 30 ਬੱਕਰੀਆਂ ਤੀਆਂ। ਅੱਛਾ, ਉਸ ਤੋਂ ਪਹਿਲਾਂ ਕੰਮ ਕੀ ਕਰ ਕੀ ਕਰਦੇ ਸੀ? ਗੋਟ ਫਾਰਮਿੰਗ ਹੋ ਗਿਆ, ਹੋਰ ਕੀ ਕਰਦੇ ਸੀ? ਨਾਲ ਮੱਝਾਂ ਸੀਗੀਆਂ 40 ਤੋਂ। ਅੱਛਾ, ਡੈਰੀ ਫਾਰਮ ਸੀਗਾ। ਫਿਰ ਕੀ ਦਿੱਕਤ ਆ ਗਈ ਸੀ? ਮੈਂ ਫਿਰ ਬਿਮਾਰ ਹੋ ਗਿਆ। ਕੀ ਸਮੱਸਿਆ ਆਈ ਸੀ? ਐਕਣੇ ਕੀ ਐਕਸੀਡੈਂਟ ਹੋਇਆ, ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋ ਗਿਆ, ਫਿਰ ਮੈਂ ਬਿਮਾਰ ਰਹਿਣ ਲੱਗ ਗਈ, ਫਿਰ ਡੰਗਰ ਵੀ ਵੇਚਤੇ, ਬੱਕਰੀਆਂ ਵੇਚਤੇ, ਸਾਰਾ ਕੁਛ। ਇੱਕ ਤਾਂ ਆ ਪੈਰ ਆ ਮੇਰਾ ਕੰਡਮ ਹੋ ਗਿਆ ਸੀਗਾ। ਹੁਣ ਸ਼ੌਂਕ ਸ਼ੁਰੂ ਤੇ ਦੀ, ਹੁਣ ਫਿਰ ਦੁਬਾਰਾ ਆ ਕੇ ਫਿਰ ਇਹਨੂੰ ਕਰਦੇ ਆ। ਤਕਰੀਬਨ ਸਾਲ ਹੋ ਗਿਆ ਜੀ ਸਾਨੂੰ ਦੇਖਦੇ ਆ ਨੂੰ ਵੀਡੀਓ। ਹਾਂਜੀ, ਦਵਾਈ ਪੁੱਛਦੇ ਹੋ ਤੁਸੀਂ ਦੇਸੀ, ਉਹ ਮੈਂ ਜਦੇ ਫਟਾਫਟ ਕਾਗਜ਼ ਤੇ ਲਿਖਦਾ ਜੀ ਵੀ ਇਸ ਕੰਮ ਵਾਸਤੇ। ਉਹ ਤੁਹਾਨੂੰ ਹੁਣ ਨੰਬਰ ਦੇ ਦਾਂਗੇ ਸੀ ਜੀ, ਜਦੋਂ ਮਰਜ਼ੀ ਕਾਲ ਕਰਿਓ ਡਾਕਟਰ ਸਾਹਿਬ ਇਹਨਾਂ ਨੂੰ ਵੀ। ਉਹ ਮੈਂ ਜ਼ਰੂਰ ਲਿਖ ਲੈਂਦਾ ਉਹਨਾਂ ਨੂੰ ਜੀ, ਵੀ ਮੋਕ ਵਾਸਤੇ ਆਹ, ਪਫਾਰੇ ਵਾਸਤੇ ਆਹ, ਸਾਰਾ ਕੁਝ ਲਿਖ ਲੈਣਾ ਮੈਂ, ਆਪਣੇ ਨੋਟ ਕਰੀ ਜਾਂਦਾ ਮੈਂ, ਹਰਦਮ ਬਟੂਏ 'ਚ ਰੱਖ ਲੈਂਦਾ ਕਾਗਜ਼ ਯਾਰ ਪਹਿਲਾਂ। ਕਿਆ ਬਾਤ ਹੈ! ਹਾਂ, ਕਿਉਂਕਿ ਜੇ ਜਾਣਕਾਰੀ ਹੋਊ ਉਸ ਤਾਂ ਚਲੋ, ਪਹਿਲਾਂ ਜ਼ਿਆਦਾ ਇੰਨੀਆਂ ਬਿਮਾਰੀਆਂ ਵੀ ਹੈ ਨਹੀਂ ਸੀ। ਹਾਂ, ਜੇ ਪਹਿਲਾਂ ਰੱਖ ਦਿੱਤੀ ਨਾ, ਪਹਿਲਾਂ ਚਰਾਂਦਾ ਸੀ ਨਾ, ਚਰਾਂਦਾ ਕਰਕੇ ਨਾ, ਅਸੀਂ ਚਰਾਂਦ ਤਾਂ ਪਹਿਲਾਂ ਤੀ ਸੀ ਜਾਣੀ ਕਰ ਜਾਂਦੇ, ਜਦ ਵੀ ਇੱਕਣੇ ਘਰ ਰੱਖੀਆਂ ਸੀ ਮੇਰੀਆਂ ਜੀ। ਹਾਂ, ਅਤੇ ਚੜਾਂ ਦਾ ਐਂ ਹੁੰਦਾ ਵੀ ਅੱਜ ਕੱਲ੍ਹ ਲੋਕ ਜਰਦੇ ਨਹੀਂ ਹੁੰਦੇ, ਸਾਡੇ ਪਿੰਡ ਦੇ ਵਿੱਚ ਥੋੜ੍ਹੇ ਜਿਹਾ ਜ਼ਿਆਦਾ ਹੈ ਕੰਮ, ਹਰੇਕ ਥਾਵੇਂ ਹੈ ਜੀ ਦਿੱਕਤ, ਹਰੇਕ ਜਗ੍ਹਾ ਵੀ ਰਹੀਆਂ ਨੇ ਚਰਾਈਆਂ, ਜਗ੍ਹਾ ਹੈ ਨਹੀਂ ਆ। ਹਾਂ, ਥੋੜ੍ਹੀ ਥੋੜ੍ਹੀ, ਸਾਡੇ ਤਾਂ ਤਕਰੀਬਨ ਜ਼ਮੀਨ ਦਾ ਵੀ ਮੌਜਾ ਘੱਟ ਆ ਨਾ ਜੀ, ਇਸ ਕਰਕੇ ਫਲ ਦੀ ਫਸਲ ਬੀਜੀ ਹੁੰਦੀ ਆ, ਨੁਕਸਾਨ ਫਿਰ ਜਰਨੀ ਹੁੰਦਾ ਜੀ। ਵੀ ਤੁਹਾਨੂੰ ਕੀ ਸਮੱਸਿਆ ਸਿਹਤ ਦੀ, ਕੀ ਸਮੱਸਿਆ ਆਈ ਸੀ? ਇਹਨਾਂ ਦਾ ਹਾਰਟ ਦਾ ਬਾਈਪਾਸ ਸਰਜਰੀ ਹੋਈ ਸੀ, ਪੈਪ ਬਲੌਕ ਹੋ ਗਿਆ ਸੀ। ਅੱਛਾ ਜੀ, ਤੇ ਇੱਕ ਕਿਡਨੀ ਚ ਹੋ ਗਿਆ ਸੀ, ਟਿਊਮਰ ਹੋ ਗਿਆ ਸੀ। ਹੁਣ ਠੀਕ ਹੋ? ਹਾਂਜੀ, ਹਾਂ ਹਾਂ, ਹੁਣ ਤਾਂ ਕੋਈ ਸਮੱਸਿਆ ਨਹੀਂ ਹੈਗੀ। ਨਾ ਨਾ, ਇਹਨਾਂ 14 ਘੰਟੇ ਦਾ ਆਪਰੇਸ਼ਨ ਸੀਗਾ ਹਾਰਟ ਦਾ।
ਹੁਣ ਤਾਂ ਮੈਨੂੰ ਬਹੁਤ ਸ਼ੌਂਕ ਆ, ਬਸ ਮੈਨੂੰ ਐਂ ਛੇਤੀ ਛੇਤੀ ਮੈਂ 100 ਬੱਕਰੀ ਕਰਾਂ। ਪਹਿਲਾਂ ਪਹਿਲਾਂ ਬੇਟਾ ਨਹੀਂ ਸੀ ਰੱਖਣ ਦਿੰਦਾ, ਕਹਿੰਦਾ ਸੀ ਵਧੀਆ ਨਹੀਂ ਲੱਗਦਾ ਆਪਣੇ ਡੋਗ ਰੱਖੇ ਹੋਏ ਆ, ਵੀ ਬੱਕਰੀਆਂ ਦਾ ਕੰਮ ਵਧੀਆ ਨਹੀਂ ਲੱਗਦਾ। ਹੁਣ ਉਹਨੂੰ ਮੇਰੇ ਖਿਆਲ 4-5 ਪਰ ਨਹੀਂ, ਹੌਲੀ ਹੌਲੀ ਉਹਨੂੰ ਟਿਕਾ ਲਿਆ। ਬੱਕਰਾ ਛੋਟਾ ਜਾ ਕੇ ਇੱਕ ਨਾਲ ਇਹਦੇ ਪੱਠ ਆਏ, ਇਹ ਲਿਆਇਆ ਨਾ ਮੈਂ 9000 ਰੁਪਏ ਦੀ ਦੋਵੇਂ ਚੀਜ਼ਾਂ। ਬਸ ਇਸ ਤੋਂ ਸ਼ੁਰੂ ਕਰਕੇ ਫਿਰ ਅਸੀਂ 2-4 ਕੁ ਮਹੀਨੇ ਇਹਨੂੰ ਮਨਾਉਂਦੇ ਰਹੇ ਵੀ ਰੱਖ ਲਈਏ, ਕਰ ਲਈਏ, ਐਂ ਕਰ ਲਈਏ। ਪਰ ਬਹੁਤ ਵਧੀਆ ਕੰਮ ਆ, ਕਰਦੇ ਆ ਸਾਰੇ। ਹੁਣ ਇਹਨੂੰ ਦੱਸਿਆ ਵੀ ਮੈਂ ਕਿਹਾ ਇਹਦੇ ਵਿੱਚ ਕੰਮ ਬਹੁਤ ਵਧੀਆ, ਪਹਿਲਾਂ ਰੱਖਿਆ ਇਹਨੇ, ਮਾਂ ਵਾਲੇ ਸ਼ਲਾਰੂ ਇਹ ਨਹੀਂ ਦਿਮਾਨ ਇੰਨੇ ਹੋ ਜਾਂਦੇ ਸੀਗੇ ਜੀ। ਅਤੇ ਅਸੀਂ ਉਹ 2 ਲਿਆ ਕੇ ਬਸ ਇੱਕ ਨਮੂਨਾ ਜਾਂ ਇਹਨੂੰ ਦਿਖਾ ਲਿਆ ਸੀਗਾ ਵੀ ਇਹਦਾ ਕੰਮ ਚੱਲਦਾ ਇੱਕਣ। ਜਦ ਇਹਨੇ ਮਾੜਾ ਜਿਹਾ ਸਾਨੂੰ ਹਾਂ ਜਾ ਕਿਹਾ ਜੀ, ਫਿਰ 4 ਛੇਲੀਆਂ 5 ਹੋਰ ਲੈਂਦੇ ਇੱਕੋ ਦਿਨ, ਦੂਏ ਕੁ ਦਿਨ 3 ਕੁ ਬੱਕਰੀਆਂ ਹੋਰ ਲਿਆਉਂਦੀਆਂ, ਫਿਰ ਲਿਆਉਂਦੀਆਂ 2 ਬੱਕਰੀਆਂ, ਇੱਕਣ ਕਰ ਕਰ ਆ ਗਿਆ ਸੀਗਾ ਵੀ ਕਿੰਨਾ ਕਰ ਲਏ ਜੀ। ਹਾਲੇ 3 ਕੁ ਸਾਡੀਆਂ ਦੇਖੀਆਂ ਸੀ 4। ਬੀਬੀ ਕਿਵੇਂ ਲੱਗਦਾ ਸਾਂਭ ਸੰਭਾਲ ਕਰਨਾ? ਬਹੁਤ ਵਧੀਆ ਲੱਗਦਾ, ਵਧੀਆ ਲੱਗਦਾ। ਪਹਿਲਾਂ ਤਾਂ ਸ਼ੁਰੂ ਤੋਂ ਸ਼ੌਂਕ ਸੀਗਾ, ਪਰ ਹੁਣ ਸ਼ੌਂਕ ਪੂਰਾ ਹੋ ਗਿਆ, ਬੱਕਰੀਆਂ ਰੱਖੀਆਂ, ਬੜਾ ਵਧੀਆ ਲੱਗਦਾ। ਅਤੇ ਹੁਣ ਹੋਰ ਵੀ ਵਧਾਵਾਂਗੇ, ਬਾਕੀ ਤੁਹਾਡੀਆਂ ਇੰਟਰਵਿਊ ਦੇ ਕੇ ਬੜਾ ਹੋਰ ਵੀ ਜ਼ਿਆਦਾ ਛੇਤੀ ਕੀੜਾ ਉੱਠਿਆ, ਨਹੀਂ ਤਾਂ ਅਜੇ ਪਤਾ ਨਹੀਂ ਬਿਮਾਰ ਸੀ ਰੁਕ ਹੀ ਕਰਦੇ। ਮੈਂ ਜਦ ਵਿਹਲੀ ਹੁੰਦੀ ਹਾਂ ਬਸ ਤੁਹਾਡੀਆਂ ਇੰਟਰਵਿਊ ਦੇ ਦਿੰਦੇ, ਨਿਆਣੇ ਵੀ ਕਹਿੰਦੇ ਬੱਕਰੀਆਂ ਬੱਕਰੀਆਂ ਦੇਖੀ ਜਾਂਦੇ ਹਾਂ ਤੂੰ, ਕਦੇ ਮੁੱਲਾਂ ਪਰ ਮੰਡੀ ਲਾ ਲਈ, ਕਦੇ ਤੰਗਾਲੀ ਲਾ ਲਈ, ਕਦੇ ਕੋਈ। ਪਰ ਬਹੁਤ ਵਧੀਆ ਲੱਗਦਾ, ਪਰ ਕਰਨਾ ਚਾਹੀਦਾ, ਸਭ ਨੂੰ ਕਰਨਾ ਚਾਹੀਦਾ ਕੰਮ, ਕਿ ਉਹ 'ਚ ਫਾਇਦਾ ਬਹੁਤ ਆ, ਲਾਗਤ ਘੱਟ ਆ, ਬੱਚਤ ਵੱਧ ਆ। ਔਰ ਖਾਲੀ ਵਿਹਲੇ ਬੈਠਣ ਨਾਲੋਂ, ਵਿਹਲੇ ਬੈਠ ਕੇ ਬੰਦਾ ਟੈਨਸ਼ਨਾਂ ਹੁੰਦੀਆਂ, ਕੰਮ 'ਚ ਬਿਜ਼ੀ ਆ ਤਾਂ ਆਪਾਂ ਬਿਮਾਰ ਵੀ ਘੱਟ ਹੁੰਦੇ ਹਾਂ, ਟੈਨਸ਼ਨ ਨਹੀਂ ਹੁੰਦੀ, ਦਿਲ ਵੀ ਲੱਗਿਆ ਰਹਿੰਦਾ, ਔਰ ਪੈਸਾ ਤਾਂ ਬਣਦਾ ਬਣਦਾ, ਸਾਰੇ ਪਾਸੇ ਠੀਕ ਆ। ਬਾਪੂ ਕੀ ਸੋਚਦੇ ਹੋ, ਬੱਕਰੀ ਫਾਰਮ ਕਰਨ ਦਾ ਫਾਇਦਾ ਹੈਗਾ? ਬਹੁਤ ਵਧੀਆ, ਦੱਸੋਗੇ ਮੜਾ ਖੋਲ ਕੇ? ਮੈਂ ਤਜਰਬਾ ਇਹ ਪਹਿਲਾਂ ਦੇਖਿਆ ਜੀ, ਕਿਉਂਕਿ ਅਸੀਂ ਜਦ ਲਿਆਂਦੀਆਂ ਜਾਂ ਸੂਣ ਵਾਲੀਆਂ ਬੱਕਰੀਆਂ ਲਿਆਂਦੀਆਂ ਸੀਗੀਆਂ ਜੀ, 2-2 3-3 ਸ਼ਲਾਰੂ ਸਾਡੇ ਕੋਲ ਜੀ, 23 ਸ਼ਲਾਰੂ ਹੋ ਗਏ 4 ਕੁ ਦਿਨ 'ਚ ਜੀ, ਭਰ ਗਿਆ ਪਿੱਛੇ ਵਿਹੜਾ ਸਾਡਾ। ਇਹ ਤਾਂ ਵਾਧਾ ਹੀ ਬਹੁਤ ਆ, ਬੱਕਰੀ ਸੂਪੀਆਂ। ਹਾਂਜੀ, ਜਦ ਵੀ ਜੇ ਨਾ ਸਰਟੀਫਿਕੇਟ ਜੀ ਲੱਗਦੀ, ਜਦ ਵੀ ਸਾਡਾ ਇਹੀ ਏਮ ਸੀ ਵੀ 3 ਮਹੀਨੇ ਦੇ ਵਿੱਚ ਵਿੱਚ ਅਸੀਂ 100 ਬੱਕਰੀ ਕਰਨੀ, ਪਰ ਕਰ ਵੀ ਲੈਣੀ ਸੀ ਕਿਉਂਕਿ ਅਸੀਂ ਇੱਕ ਹਫ਼ਤੇ ਦੇ ਵਿੱਚ 30 ਕਰ ਲਿਆਉਂਦੀਆਂ ਸੀਗੀਆਂ। ਜਿਵੇਂ ਹੁਣ 6-6 ਦੀ ਕੰਮ ਕੀਤਾ ਨਾ, ਹੁਣ ਕੱਲ੍ਹ ਬੰਦੇ ਨੇ ਕਿਸੇ ਨੇ ਫੋਟੋ ਪਾਈ ਹੈ, ਉਹ ਮੈਂ ਸੋਚਦਾ ਸੀ ਅੱਜ ਫਿਰ ਅਮਨ ਨੇ ਕਹਿ ਤਾ, ਕਹਿੰਦਾ ਵੀ ਉਹਨਾਂ ਨੇ ਆਉਣਾ, ਨਹੀਂ ਸ਼ਾਇਦ ਅੱਜ ਮੈਂ ਦੇਖਣ ਜਾਂਦਾ, ਦੁਪਹਿਰੇ ਨਿਕਲ ਜਾਣਾ ਸੀ ਮੈਂ, ਉਹ ਲਿਆਉਣੀ ਆਉਂਦੇ ਜਾਣੀ। ਸਾਨੂੰ ਇਹ ਹੈ ਵੀ ਅਸੀਂ ਸਿਆਲ ਤੋਂ ਪਹਿਲਾਂ 40-50 ਕੁ ਨਗ ਤੱਕ ਕਰੀਏ, ਜੇ ਆਪਾਂ ਇਹਨੂੰ ਸਿਸਟਮ ਨਾਲ ਕੰਮ ਕਰਾਂਗੇ ਨਾ ਫਿਰ ਤਾਂ ਬੱਚਤ ਹੈ। ਬੀਬੀ ਕੇਅਰ ਕਰਦੇ ਹੋ, ਬੱਕਰੀ ਰਹਿੰਦੇ ਹੋ, ਚੰਗਾ ਲੱਗਦਾ, ਸੌਖਾ ਲੱਗਦਾ ਕੰਮ ਇਹ? ਬਿਲਕੁਲ ਸੌਖਾ ਹੈ ਜੀ, ਮੱਝਾਂ ਜਿਵੇਂ ਮੱਝਾਂ ਗਾਵਾਂ ਰੱਖਦੇ ਹਾਂ ਤਾਂ ਬਹੁਤ ਜ਼ਿਆਦਾ ਖੇਚਲ ਹੈ, ਜਿਵੇਂ ਕੱਖ ਵੱਧ ਪਾਉਣੇ ਆ, ਸੰਭਾਲ ਸਭ ਕਰਨਾ ਬੜਾ ਔਖਾ ਹੈ ਇਹਨਾਂ ਨੂੰ, ਥੋੜ੍ਹੇ ਕੱਖਾਂ ਨਾਲ ਰੱਜ ਜਾਂਦੀਆਂ ਅਤੇ ਥੋੜ੍ਹਾ ਟਾਈਮ ਲੱਗਦਾ, ਜਿਵੇਂ ਘੰਟਾ ਸਵੇਰੇ ਲਾ ਲਓ ਘੰਟਾ ਸ਼ਾਮ ਨੂੰ, ਕੋਈ ਇੰਨਾ ਬੜਾ ਜ਼ਿਆਦਾ ਕੰਮ ਵੀ ਨਹੀਂ ਗਾ, ਵਧੀਆ ਲੱਗਦਾ, ਸੌਖਾ ਲੱਗਦਾ ਕੰਮ, ਸਾਰੇ ਕੰਮਾਂ ਨਾਲੋਂ ਸੌਖਾ ਹੈ। ਬਾਪੂ ਵੇਚ ਵੱਟ ਕਿਵੇਂ ਕਰਦੇ ਹੋ, ਸੌਖਾ ਘਰ ਲੋਕ ਆ ਜਾਂਦੇ ਹੋਣਗੇ ਵੈਸੇ? ਹਾਂ, ਮੇਰਾ ਪਹਿਲਾਂ ਇਹ ਕਿਉਂਕਿ ਮੇਰਾ ਪਹਿਲਾਂ ਵਪਾਰ ਦਾ ਕੰਮ ਕਰਿਆ ਹੈ ਨਾ,
ਮੱਝਾਂ ਦੇ ਪਾਰ ਦਾ ਪਾਰ ਮੇਰੇ ਕੋਲ ਘਰੇ ਚੱਲਦਾ ਸੀ, ਮੈਂ ਕਿਤੇ ਮੰਡੀ ਦੇ ਨਹੀਂ ਜਾਂਦਾ, ਮੰਡੀ ਤੇ ਕਦੇ ਮੈਂ ਜ਼ਿੰਦਗੀ 'ਚ ਗਏ ਨਹੀਂ ਡੰਗਰ ਵੇਚਣ। ਹਾਂ ਆਪਦਾ ਘਰੇ ਹੀ ਮੇਰਾ ਚੱਲਦਾ ਸੀ। ਹਾਂ ਲੈ ਆਉਣੀ ਆ ਆਪਦਾ ਟਾਈਮ ਨਾਲ, ਮੇਰੇ ਕੋਲ ਗਾਹਕ ਲੱਗੇ ਹੋਏ ਸੀਗੇ, ਆਉਂਦੇ ਸੀ ਆਪਦਾ ਜਿਵੇਂ ਅਗਲੇ ਨੇ ਕਹਿਣਾ ਆਪਣੇ ਦੇ ਦੇਣੀ। ਪੜ੍ਹਦਾ ਤਾਂ ਹੁੰਦਾ ਹੀ ਨਹੀਂ ਮੈਂ, ਐਂ ਨਹੀਂ ਸੋਚਣਾ ਵੀ ਇਹ ਬੰਦਾ ਘੱਟ ਕਹਿੰਦਾ, ਮੈਂ ਕਹਿਣਾ ਨਾ ਯਾਰ ਨਾਰਾਜ਼ ਨਹੀਂ ਕਰਨਾ ਤੂੰ ਲੈ ਜਾ। ਐਂ ਦੇਖੀਦਾ ਸੀ ਵੀ ਇਹ ਤੋਂ ਆਪਾਂ ਕਿੰਨਾ ਕਮਾ ਲਿਆ ਜੀ, ਆਪਾਂ ਨੂੰ ਉਹਨੇ ਕਿੰਨੇ 'ਚ ਰਹਿ ਗਏ। ਬਸ ਜੇ ਉਹ ਘਰ ਪੂਰਾ ਕਰਦੇ ਅਗਲੇ ਨੂੰ ਕਹਿਣਾ ਚੱਕ ਲੈ ਜਾ ਯਾਰ ਕੋਈ ਗੱਲ ਨਹੀਂ, ਸੈਕਿੰਡ ਭੇਜ ਦਿੰਦਾ ਸੀ, ਫਿਰ ਲੈ ਆਉਂਦਾ ਸੀ ਜਾ ਕੇ ਹਰਿਆਣੇ 'ਚ ਜਾਂਦੀਆਂ। ਡੰਗਰ ਚੰਗਾ ਰੱਖਦਾ ਸੀ ਮੈਂ ਪਹਿਲਾਂ ਤਾਂ, ਕਿਉਂਕਿ ਮੈਨੂੰ ਥੋੜ੍ਹਾ ਜਿਹਾ ਪਿੰਡਾਂ ਦੇ ਵਿੱਚ ਫਿਰਨਾ ਐਲਰਜੀ ਹੈ, ਜੇ ਆਪਾਂ ਕਿਤੇ ਚੌਂਕ 'ਚ ਬੈਠਾਂਗੇ ਕੋਈ ਕਰਦਾ ਸੌ ਕਿਸਮ ਦੀ ਗੱਲ ਹੁੰਦੀ ਹੈ। ਜਵਾਨਾ ਹੈ ਨਹੀਂ ਹੁਣ, ਪਹਿਲਾਂ ਵੀ ਨਹੀਂ ਜਵਾਨਾ, ਹੁਣ ਤਾਂ ਉਦੋਂ ਵੀ ਖਤਰਨਾਕ। ਇਸ ਕਰਕੇ ਬਿਮਾਰ ਚੱਲ ਰਹੇ ਹੋ, ਕੋਈ ਲੱਗਦਾ ਕਿ ਬੱਕਰੀਆਂ ਰਹਿ ਕੇ ਹੁਣ ਜ਼ਿੰਦਗੀ ਠੀਕ ਹੋ ਰਹੀ ਹੈ? ਹਾਂਜੀ ਸਮਾਂ ਬਤੀਤ ਹੋ ਜਾਂਦਾ ਹੋਊਗਾ, ਟਾਈਮ ਨਿਕਲਦਾ ਤਾਂ ਪਤਾ ਨਹੀਂ ਲੱਗਦਾ, ਵਧੀਆ ਲੱਗਦਾ ਉਹਨਾਂ ਦੇ ਵਿੱਚ ਰਹਿ ਕੇ। ਕਤੂਰੇ ਇਹੀ ਪਾਲਦੀ ਹੈ ਜੀ। ਹਾਂਜੀ ਆਹ ਛੋਟੇ ਛੋਟੇ ਕਤੂਰੇ ਇਹੀ ਪਾਲਦੀ ਹੈ। ਹਾਂ ਇਹ ਵੀ ਉਹ ਦੇਖਣਾ ਜੀ, ਇਹੀ ਪਾਲ ਰਹੀ ਹੈ। ਇੱਕ ਮੈਂ ਤਾਂ ਕਿ ਜਿਵੇਂ ਕਹਿੰਦੇ ਵੀ ਕੋਲ ਮੰਜਾ ਡਾਹਿਆ ਜੀ, ਹਾਕ ਮਾਰ ਦੇਣੀ ਆ ਵੀ ਭਾਈ ਯਾਰ ਰੋਣ ਲੱਗ ਕੇ ਗਏ ਹੋ ਗਿਆ, ਦੁੱਧ ਤਾਂ ਇਹਨਾਂ ਨੇ ਪੜਾਉਣਾ ਸਾਰਾ ਕਰਨਾ ਨੀ, ਮੈਂ ਤਾਂ ਨਹੀਂ ਕਰਦਾ, ਆਪਣਾ ਤਾਂ ਇੰਨੇ ਹੀ ਕੰਮ ਆ ਵੈਸੇ ਉਹ ਆਵਾਜ਼ ਦੇ ਦੇਣੀ। ਅਮਨ ਕਰ ਰਿਹਾ ਕੁੱਤਿਆਂ ਦਾ ਕੰਮ, ਵਧੀਆ ਲੱਗਦਾ? ਹਾਂਜੀ ਉਹਦੇ ਨਾਲ ਵੀ ਹੱਥ ਪਟਾਉਂਦੇ ਆ, ਉਹਨਾਂ ਨਾਲ ਵੀ ਕਰਵਾਉਂਦੇ ਆ ਜਿੰਨਾ ਖੁੰਦਾ, ਉਹ ਵੀ ਕੰਮ ਵਧੀਆ ਹੈ, ਵਧੀਆ ਚੱਲਦਾ ਠੀਕ ਆ। ਬਾਪੂ ਪਹਿਲਾਂ ਕਦੇ ਐਂ ਸੋਚਦੇ ਸੀ ਵੀ ਅਮਨ ਵਿਦੇਸ਼ ਚਲਾ ਜਾਵੇ? ਬਾਹਰ ਵੀ ਕੰਮ ਕਰਕੇ ਮਿਲਣਾ, ਬਾਹਰ ਨਾਲ ਉਹਦੇ ਤਾਂ ਨਾਲੇ ਘਰ 'ਚ ਬੈਠੇ ਆ, ਨਾਲੇ ਪਰਿਵਾਰ 'ਚ ਬੈਠੇ ਆ, ਪਰਿਵਾਰ 'ਚ ਬੈਠੇ ਆ, ਨਾਲੇ ਉਹਨਾਂ ਹੀ ਪੈਸਾ ਵੀ ਵਧੀਆ ਬਣਦਾ। ਹਾਂ ਮਿਹਨਤ ਤਾਂ ਮਿਹਨਤ ਹੀ ਆ, ਉੱਥੇ ਜਾ ਕੇ ਬਗਾਨਿਆਂ ਦੇ ਮੂਹਰੇ ਕਰੂੰਗੇ, ਉਰੇ ਆਪਦਾ ਕੰਮ ਆ, ਆਪਦਾ ਸਾਰਾ ਕੁਛ ਹੈ ਨਾ, ਤੇ ਵਧੀਆ ਜਿਵੇਂ ਕਰਦੇ ਆ, ਚਾਰ ਪੈਸੇ ਵੀ ਬਣਦੇ ਆ, ਨਾਲੇ ਸਾਰਾ ਪਰਿਵਾਰ ਇਕੱਠੇ ਬੈਠੇ ਆ। ਹੁਣ ਬਾਹਰ ਚਲੇ ਜਾਣ, ਉੱਥੇ ਬੈਠਾ ਰਹੇ, ਅਸੀਂ ਉਰੇ ਬੈਠ ਰਹੀ, ਉਹ ਵੀ ਵਧੀਆ ਲੱਗ ਮਤਲਬ ਹੁੰਦਾ ਫਿਰ। ਤੇ ਠੀਕ ਆ, ਭੇਜਦੇ ਨੇ ਲੋਕ 20-20 ਲੱਖ 40-40 ਲੱਖ ਲਾ ਕੇ ਭੇਜਦੇ ਨੇ ਬਾਹਰ, ਪਰ ਇੰਨਾ ਪੈਸਾ ਲਾ ਕੇ ਤਾਂ ਉਰੇ ਕੰਮ 10 ਲੱਖ ਲਾ ਕੇ ਉਰੇ ਕੰਮ ਤੋਰ ਲਵੇ ਹੁੰਦਾ ਵਧੀਆ, 5 ਚ ਵੀ ਤੁਰ ਜੂ। ਬਾਪੂ ਇਹ ਬੱਕਰੀ ਫਾਰਮ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਹੋ, ਵਧਾਉਣਾ ਚਾਹੁੰਦੇ ਹੋ ਕੀ ਕਰੀ? ਹਾਂ ਇਹ ਤਾਂ ਤੁਸੀਂ ਰੱਬ ਨੇ ਸੁੱਖ ਰੱਖਿਆ, ਤੁਸੀਂ ਜਿੱਦਣ ਕਰੇ ਦੁਬਾਰਾ ਮੁਲਾਕਾਤ ਹੋਈ, ਇਹ ਦੁੱਗਣੇ ਤਿੱਗਣੇ ਜੀ ਇਦੋਂ ਖੜੂਗਾ ਕੰਮ ਹੈ। ਬਰੀਡ ਦੇ ਕੰਮ ਕਰ ਰਿਹਾ? ਹਾਂ ਜੀ ਮੇਰਾ ਡੰਗਰਾਂ 'ਚ ਵੀ ਮੱਝਾਂ 'ਚ ਵੀ ਇਹੀ ਕੰਮ ਹੁੰਦਾ ਸੀਗਾ ਜੀ, ਜਿੱਦਣ ਖਰੀਦਣ ਲੱਗਿਆ 18 ਦਿਨ ਦੇ ਵਿੱਚ ਮੈਂ 40 ਡੰਗਰ ਖਰੀਦੇ ਸੀ, ਬੇੜਾ ਭਰ ਲਿਆ ਜੀ, ਰੋਜ਼ ਜਾਣੀ ਟੈਂਪੂ ਆਉਂਦਾ ਹੀ ਜਾਂਦਾ ਸੀ ਮੇਰੇ ਕੋਲ। ਪਹਿਲਾਂ ਥੋੜ੍ਹਾ ਸੀ ਰੱਖਿਆ, 10 ਕੁ ਡੰਗਰ ਰੱਖਦੇ ਸੀਗੇ, ਆਉਣ ਜਾਣ ਜਾਂ ਚੱਲਦਾ ਰਹਿੰਦਾ ਸੀ ਵੀ ਚੱਲ ਵੀ ਵੇਚ ਤਾਂ ਲਿਆਂਦਾ ਵੇਚ ਤਾਂ ਲਿਆਂਦਾ, ਫਿਰ ਇਹੋ ਜਿਹਾ ਕੀੜਾ ਉੱਠਿਆ ਜੀ, ਮੈਂ ਘਰੇ ਪਹਿਲਾਂ 40-50 ਕਰ ਲੈਂਦਾ। ਫਿਰ ਇੱਕ ਛੇਲੀ ਲਿਆਂਦੀ ਛੁੱਟੀ ਜੀ, ਉਹਨੇ ਇਹੋ ਜਿਹਾ ਸ਼ੌਂਕ ਪਾਇਆ ਜੀ, ਫਿਰ 30 ਬੱਕਰੀਆਂ ਲੈ ਆਉਂਦੀਆਂ। ਫਿਰ ਜਦ ਬਿਮਾਰ ਹੋ ਗਿਆ, ਫਿਰ ਇੱਕੋ ਦਿਨ ਬੰਦੇ ਨੂੰ ਫੋਨ ਕਰਕੇ ਮੈਂ ਵੇਚ ਦਿੱਤੀ। ਜਿਵੇਂ ਮੈਂ ਨਾ ਕਈ ਵਾਰੀ ਜਿਹੜੀਆਂ ਬੱਕਰੀ ਫਾਰਮ ਟ੍ਰੇਨਿੰਗਾਂ ਚੱਲਦੀਆਂ ਨੇਗੀਆਂ, ਉਹਨਾਂ ਜਾਣ ਦਾ ਮੌਕਾ ਮਿਲਦਾ, ਤੁਹਾਨੂੰ ਲੱਗਦਾ ਕਿ ਲੇਡੀਜ਼ ਨੇ ਜਿਹੜੀਆਂ ਉਹ ਬੱਕਰੀ ਫਾਰਮ ਸੌਖਾ ਕਰ ਸਕਦੀਆਂ ਨੇ? ਹਾਂਜੀ ਬਿਲਕੁਲ ਬਿਲਕੁਲ ਸੌਖਾ ਕੰਮ ਆ ਲੇਡੀਜ਼ ਵਾਸਤੇ, ਕਿਉਂਕਿ ਬੋਝ ਭਾਰ ਦਾ ਕੰਮ ਤਾਂ ਹੈ ਨਹੀਂ ਗਾ ਇਹ, ਜੇ ਆਪਾਂ ਕਹੀਏ ਵੀ ਕਰਨੀ ਹੋਣਾ, ਇਹ ਤਾਂ ਹਰੇਕ ਨੂੰ ਮਤਲਬ ਜ਼ਿਆਦਾ ਨਹੀਂ ਤਾਂ ਥੋੜ੍ਹਾ ਕਰਨਾ ਚਾਹੀਦਾ, ਜ਼ਰੂਰ ਕਰਨਾ ਚਾਹੀਦਾ ਘਰ ਦੇ ਕੰਮ ਦੇ ਨਾਲ ਨਾਲ,
ਜੀ ਇਹ ਸਾਈਡ ਬਿਜ਼ਨਸ ਹੋ ਗਿਆ ਆਪਣਾ, ਚਾਰ ਪੈਸੇ ਵਧੀਆ ਬਣਦੇ ਇਹਨਾਂ 'ਚ, ਅਤੇ ਨਾਲੇ ਬੰਦੇ ਦਾ ਟਾਈਮ ਪਾਸ ਵਧੀਆ ਲੰਘਦਾ, ਦਿਲ ਲੱਗਿਆ ਰਹਿੰਦਾ, ਜ਼ਰੂਰ ਕਰਨਾ ਚਾਹੀਦਾ ਜੀ। ਅਗਲੀ ਮੁਲਾਕਾਤ ਤੱਕ ਆਪਾਂ, ਅਗਲੀ ਮੁਲਾਕਾਤ ਤੱਕ ਸੋਨਾ ਕਰਨਾ ਹੀ ਕਰਨਾ, ਜਦ ਤੱਕ ਆਪਾਂ ਦੂਜੀ ਮੁਲਾਕਾਤ ਕਰਾਂਗੇ ਡਬਲ ਤਾਂ ਕਰਾਂਗੇ। ਬੜਾ ਵਧੀਆ ਲੱਗਦਾ, ਜਿੰਨੇ ਹੋਣੇ ਕਰਨਾ ਵੀ ਚਾਹੀਦਾ, ਪਰ ਸਭ ਨੂੰ ਕਰਨਾ ਚਾਹੀਦਾ। ਜਿਹੜੇ ਨੌਜਵਾਨ ਅੱਜ ਵੀ ਸੋਚੀ ਉਹਦੇ ਨੇ ਬੱਕਰੀ ਫਾਰਮ ਕੀਤਾ ਹੈਗਾ, ਨਹੀਂ ਨਹੀਂ ਨਹੀਂ, ਪਤਾ ਕੀ ਹੈ ਜੀ, ਬੰਦੇ ਦੀ ਜਿਹੜਾ ਹੁਣ ਚੱਲ ਰਿਹਾ ਜੀ, ਅਗਲਾ ਕਹਿਣਾ ਵੀ ਮੈਂ ਪਹਿਲੀ ਉਹ ਛਾਲ ਚ ਬਾਰੇ ਚ ਮਰ ਸ਼ਾਰਟਕਟ ਭਾਲ ਦੇ, ਵੀ ਐਂ ਨਹੀਂ ਵੀ ਪੌੜੀ ਚੜਾ ਮੈਂ ਡੰਡਾ ਡੰਡਾ ਟੱਪਾਨਾ, ਪਰ ਮੈਂ ਪਹਿਲੇ ਮਾਰ ਸਮਾਨ ਚ ਚੜ ਜਾਵਾਂ ਵੀ ਲੋਕ ਦੇਖਣ ਮੇਰੇ ਵੱਲ, ਉਹ ਕੰਮ ਹੈ ਨਹੀਂ। ਬੰਦਾ ਜੇ ਸਟੈਪ ਬਾਈ ਸਟੈਪ ਚੱਲੂਗਾ ਕਾਮਯਾਬ ਵੀ ਉਹੀ ਹੋਊਗਾ। ਜੇ ਆਪਾਂ ਕਹੀਏ ਵੀ ਲਿਆ ਕੇ 20-30 ਡੰਗਰ ਚਾਰ ਉਹਦੇ 'ਤੇ ਨੌਕਰ ਰੱਖ ਦਈਏ ਜੀ, ਫਿਰ ਆਪਾਂ ਕੀ ਭਾਲਦੇ ਹਾਂ ਉੱਥੋਂ ਕੁਛ ਵੀ। ਹੁਣ ਸਾਡੇ ਕੋਲ 40-45 ਡੰਗਰ ਸੀਗੇ ਜੀ, ਨੌਕਰ ਅਸੀਂ ਜਾਣਗੇ ਰੱਖ, ਮੈਂ 20-20 ਡੰਗਰਾਂ ਦੀਆਂ ਧਾਰਾਂ ਕੱਢਦਾ ਸੀ ਜੀ, ਅਤੇ ਕੋਲ ਬਾਲਟੀ ਫੜਨ 'ਤੇ ਹੁੰਦਾ ਸੀ ਮੇਰਾ ਸਹੂਲਤ ਵੀ, ਜਦ ਤੱਕ 13 ਬਾਲਟੀ ਨੂੰ ਹੱਥ ਫੜ ਲਿਆ ਜੀ ਧਾਰਾਂ ਕੱਢਣ ਲੱਗ ਗਿਆ, ਮੁੜ ਕੇ ਉੱਠਣਾ ਨਹੀਂ, ਦੂਏ ਡੰਗਰ ਦੇ ਕੋਲ ਟੱਪ ਜਾਣਾ। ਕਿਆ ਬਾਤ ਹੈ। ਹਾਂ ਜੀ, ਹਰ ਕਦੇ 7 ਨੀਤੀ ਵੱਜਣ ਦਿੰਦੇ ਅਸੀਂ ਸਵੇਰੇ, ਦੁੱਧਾ ਕੁ ਮੈਨੂੰ ਵੇੜਨ ਹੁੰਦਾ ਜੀ ਜੀ ਜੀ, ਰਾਹੇ ਵੀ ਪਾਇਆ ਹੁੰਦਾ ਸੀ ਮੈਂ ਜੀ, 7:30 ਨੂੰ ਮੁੜੇ ਆਉਂਦੇ ਰਾਹੇ ਜੀ ਜੀ। ਤੁਸੀਂ ਸੁਣਿਆ ਬਾਪੂ ਜਸਵੰਤ ਜੀ ਨੂੰ ਅਤੇ ਬੀਬੀ ਹਰਜਿੰਦਰ ਕੌਰ ਜੀ ਨੂੰ, ਇਹ ਮੁਲਾਕਾਤ ਬਹੁਤ ਲੰਬੀ ਹੋ ਸਕਦੀ ਹੈ, ਕਦੇ ਜ਼ਰੂਰ ਦੁਬਾਰੇ ਹਮ ਸਫ਼ਰ ਪ੍ਰੋਗਰਾਮ ਦੇ ਵਿੱਚ ਬੇਬੀ ਬਾਪੂ ਨੂੰ ਬਹੁਤ ਵੱਡਾ ਤਜਰਬਾ ਨਾ ਜ਼ਿੰਦਗੀ ਦਾ, ਉਹ ਤਜਰਬੇ ਕਦੇ ਉਸ ਮੁਲਾਕਾਤ 'ਚ ਆਪਾਂ ਸਾਂਝੇ ਕਰਾਂਗੇ। ਇਸ ਮੁਲਾਕਾਤ ਦਾ ਇਹੀ ਮਕਸਦ ਸੀ ਕਿ ਫਾਰਮਿੰਗ ਨਾਲ ਸੰਬੰਧਿਤ ਹੀ ਜਿਹੜੀ ਜਾਣਕਾਰੀ ਹੈ ਕੁਝ ਗੱਲਾਂ ਕੀਤੀਆਂ ਜਾਣ। ਜੁੜੇ ਰਹੋ ਸਰਲੇਖ ਦੇ ਨਾਲ।